ਏਐਸਆਈ ਦੀ ਵਾਇਰਲ ਵੀਡੀਓ ਦਾ ਸੱਚ। ਨਹੀਂ ਕੀਤੀ ਔਰਤ ਨਾਲ ਬਦਸਲੂਕੀ, ਨਾ ਹੀ ਚੁੱਕਿਆ ਹੱਥ, ਅਧਿਕਾਰੀਆਂ ਨੇ ਦਿਖਾਈ ਅਸਲ ਵੀਡੀਓ। ਜੀ ਹਾਂ, ਏਐਸਆਈ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਇਲਜ਼ਾਮ ਲੱਗੇ ਸਨ ਕਿ ਏਐਸਆਈ ਨੇ ਔਰਤ ਨੂੰ ਲੱਤਾਂ ਮਾਰੀਆਂ ਨੇ ਤੇ ਉਸ ਨਾਲ ਬਦਸਲੂਕੀ ਕੀਤੀ ਹੈ, ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੋਇਆ। ਪੁਲਿਸ ਅਧਿਕਾਰੀਆਂ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਸਭ ਕੁਝ ਸਾਫ ਸਾਫ ਦਿਖਾਇਆ ਗਿਆ ਹੈ ਕਿ ਗਲਤੀ ਕਿਸ ਦੀ ਹੈ। ਦਰਅਸਲ ਜੋ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਏਐਸਆਈ ਤੇ ਇਲਜ਼ਾਮ ਲੱਗ ਰਹੇ ਸਨ ਕਿ ਜ਼ਮੀਨ ਤੇ ਲੇਟੀ ਹੋਈ ਔਰਤ ਤੇ ਏਐਸਆਈ ਨੇ ਲੱਤਾਂ ਮਾਰੀਆਂ ਨੇ, ਉਸ ਨਾਲ ਬਦਸਲੂਕੀ ਕੀਤੀ ਹੈ, ਉਸ ਦੀਆਂ ਬਾਹਾਂ ਤੱਕ ਮਰੋੜੀਆਂ ਨੇ, ਜਿਸ ਨੂੰ ਲੈ ਕੇ ਏਐਸਆਈ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਸੀ। ਪਰ ਹੁਣ ਇੱਕ ਹੋਰ ਵੀਡੀਓ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਔਰਤ ਦੇ ਵੱਲੋਂ ਪਹਿਲਾਂ ਪੁਲਿਸ ਮੁਲਾਜ਼ਮ ਦੇ ਨਾਲ ਹੱਥੋਂ ਪਾਈ ਕੀਤੀ ਗਈ ਹੈ। ਦਰਅਸਲ ਇਹ ਪੁਲਿਸ ਟੀਮ ਇਸ ਔਰਤ ਦੇ ਪੁੱਤ ਨੂੰ ਗ੍ਰਿਫਤਾਰ ਕਰਨ ਗਈ ਸੀ ਜਿਸ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਲੱਗੇ ਨੇ। ਜਿਵੇਂ ਹੀ ਪੁਲਿਸ ਮੁਲਾਜ਼ਮ ਇਸ ਔਰਤ ਦੇ ਪੁੱਤ ਦਾ ਹੱਥ ਫੜਦਾ ਆ ਤਾਂ ਔਰਤ ਪੁਲਿਸ ਵਾਲੇ ਦਾ ਹੱਥ ਫੜ ਲੈਂਦੀ ਹੈ, ਧੱਕਾ ਕਰਦੀ ਹੈ ਤੇ ਪੁੱਤ ਨੂੰ ਛੱਡਣ ਨੂੰ ਕਹਿੰਦੀ ਹੈ, ਖੂਬ ਹੰਗਾਮਾ ਕਰਦੀ ਹੈ। ਇਸ ਤੋਂ ਇਲਾਵਾ ਜੋ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀ ਕਿ ਔਰਤ ਨੂੰ ਲੱਤਾਂ ਮਾਰੀਆਂ ਨੇ, ਤਾਂ ਅਸਲ ਵਿੱਚ ਇਹ ਔਰਤ ਆਪ ਹੀ ਜ਼ਮੀਨ ਤੇ ਲੇਟ ਗਈ ਸੀ ਤੇ ਏਐਸਆਈ ਦਾ ਪੈਰ ਫੜ ਲਿਆ ਸੀ। ਜਦੋਂ ਏਐਸਆਈ ਨੇ ਪੈਰ ਛੁਡਾਇਆ ਤਾਂ ਉਸ ਦੌਰਾਨ ਇਹ ਕਹਿ ਦਿੱਤਾ ਗਿਆ ਕਿ ਉਸਨੇ ਲੱਤਾਂ ਮਾਰੀਆਂ ਨੇ। ਇਹ ਵੀਡੀਓ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਦੇ ਏਐਸਆਈ ਦੀ ਹੈ, ਜਿਸ ਤੇ ਹੁਣ ਪੁਲਿਸ ਅਧਿਕਾਰੀਆਂ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਸਪਸ਼ਟੀਕਰਨ ਦਿੱਤਾ ਹੈ ਕਿ ਏਐਸਆਈ ਤੇ ਜੋ ਵੀ ਇਲਜ਼ਾਮ ਲੱਗ ਰਹੇ ਨੇ ਉਹ ਗਲਤ ਹੈ ਤੇ ਅਸਲ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਔਰਤ ਦੇ ਵੱਲੋਂ ਆਪਣੇ ਪੁੱਤ ਨੂੰ ਛੁਡਾਉਣ ਲਈ ਇਹ ਸਾਰਾ ਡਰਾਮਾ ਕੀਤਾ ਗਿਆ ਸੀ। ਇਹ ਜਿਹੜਾ ਹੈਗਾ 11 ਅਪ੍ਰੈਲ ਨੂੰ ਇੱਕ ਦਰਖਾਸਤ ਜਿਹੜੀ ਹੈਗੀ ਜਿਹੜੀ ਕ੍ਰਿਸ਼ਨਾ ਇਨਕਲੇਵ ਫੇਸ 3 ਵਿੱਚ ਪਰਵੇਸ਼ ਕੁਮਾਰ ਦੀ ਜਿਹੜੀ ਪਤਨੀ ਕਿਰਨ ਵੱਲੋਂ ਜਿਹੜੀ ਇੱਕ ਦਰਖਾਸਤ ਆਈ ਸੀ ਕਿ ਉਹਦੀ ਜਿਹੜੀ ਹੈਗੀ ਘਰ ਵਿੱਚ ਅੰਦਰ ਆ ਕੇ ਅਤੇ ਹੋਰ ਵੀ ਮਾੜੀ ਨੀਅਤ ਰੱਖਦਾ ਹੈ ਉਹਦਾ ਗਵਾਂਢੀ ਰੂਪਲਾਲ ਅਤੇ ਔਰ ਇੱਕ ਅਣਪਛਾਤਾ ਵਿਅਕਤੀ, ਨਾਲ ਨਾਲ ਦਰਖਾਸਤ ਵਿੱਚ ਆ ਵੀ ਪਾਇਆ ਸੀ ਕਿ ਉਹਦੀ 4 ਜਵਾਨ ਜਿਹੜੀ ਹੈਗੀ ਬੇਟੀਆਂ ਘਰ 'ਚ ਰਹਿੰਦੀ ਹੈ, ਉਹਨਾਂ 'ਤੇ ਵੀ ਮਾੜੀ ਨੀਅਤ ਰੱਖਦਾ ਹੈ। ਆਹ ਪ੍ਰਿਲੀਮਨਰੀ ਇਨਕੁਆਇਰੀ ਕਰਨ ਲਈ ਜਿਹੜਾ ਹੈਗਾ ਥਾਣਾ ਕੁਲਗੜੀ ਦੀ ਪੁਲਿਸ ਪਾਰਟੀ ਜਦ ਉੱਥੇ ਗਈ ਸੀ ਤਾਂ ਜਿਹੜਾ ਵਿਨੋਦ ਹੈਗਾ ਗਵਾਂਢੀ, ਜਦ ਉਹਨੂੰ ਪੁਲਿਸ ਪਾਰਟੀ ਨੇ ਪੁੱਛਗਿੱਛ ਕਰ ਰਹੀ ਸੀ ਉਹਨੂੰ ਫੜਿਆ ਤਾਂ ਜਿਹੜੀ ਰੂਪਲਾਲ ਹੈ ਜਿਸ 'ਤੇ ਆਰੋਪ ਲਾਇਆ ਸੀ ਕਿਰਨ ਨੇ, ਰੂਪਲਾਲ ਦੀ ਪਤਨੀ ਸੁਨੀਤਾ ਜਿਹੜੀ ਹੈ ਪੁਲਿਸ ਪਾਰਟੀ ਦੀ ਗੱਲ ਪੈ ਗਈ ਅਤੇ ਜਿਹੜੀ ਪੁਲਿਸ ਦੇ ਜਿਹੜੀ ਕਾਰਵਾਈ ਹੈ ਉਸ ਵਿੱਚ ਵਾਧਾ ਪਾਇਆ। ਜਿਵੇਂ ਕਿ ਤੁਸੀਂ ਵੀਡੀਓ ਵਿੱਚ ਸਾਫ਼ ਵੇਖ ਸਕਦੇ ਹੋ ਕਿ ਜਿਹੜਾ ਹੈੱਡ ਕੌਂਸਟੇਬਲ ਹੈ, ਹੈੱਡ ਕੌਂਸਟੇਬਲ ਨੇ ਜਿਹੜਾ ਵਿਨੋਦ ਹੈ, ਵਿਨੋਦ ਦਾ ਹੱਥ ਫੜਿਆ ਸੀ, ਲੇਡੀ ਦਾ ਹੱਥ ਨਹੀਂ ਫੜਿਆ ਸੀ। ਵੀਡੀਓ ਵਿੱਚ ਇਹ ਵੀ ਸਾਫ਼ ਦਿਸ ਰਿਹਾ ਹੈ ਕਿ ਜਿਹੜੀ ਲੇਡੀ ਹੈ, ਲੇਡੀ ਨੇ ਵਿਨੋਦ ਨੂੰ ਛੁਡਾਉਣ ਲਈ ਹੈੱਡ ਕੌਂਸਟੇਬਲ 'ਤੇ ਹਾਥਾਪਾਈ ਵੀ ਕੀਤੀ ਸੀ ਅਤੇ ਹੈੱਡ ਕੌਂਸਟੇਬਲ ਜਿਹੜਾ ਹੈਗਾ ਉਹ ਪੁਲਿਸ ਕਹਿ ਕਰਕੇ ਜਿਹੜੀ ਲੇਡੀ ਹੈ ਉਹਨੂੰ ਵੀ ਜਿਹੜਾ ਹੈਗਾ ਸੰਬੋਧਿਤ ਕਰਦਾ ਹੈ। ਇਹ ਜਿਹੜੀ ਦੂਜੀ ਵੀਡੀਓ ਹੈ ਏਐਸਆਈ ਸੁਰਜੀਤ ਦੀ, ਉਹ ਵੀਡੀਓ 'ਚ ਸਾਫ਼ ਦਿਸਦਾ ਹੈ ਕਿ ਜਿਹੜੀ ਲੇਡੀ ਹੈ ਉਹ ਆਪ ਹੀ ਪਹਿਲਾਂ ਜ਼ਮੀਨ 'ਤੇ ਲੰਮੇ ਪੈ ਗਈ ਅਤੇ ਲੰਮੇ ਪੈਣ ਤੋਂ ਬਾਅਦ ਜਿਹੜਾ ਏਐਸਆਈ ਸੁਰਜੀਤ ਹੈ ਉਹਦਾ ਪੈਰ ਫੜਨ ਲੱਗੀ ਅਤੇ ਏਐਸਆਈ ਸੁਰਜੀਤ ਆਪਣਾ ਪੈਰ ਛੁਡਾਇਆ। ਆਹ ਵੀ ਵੀਡੀਓ 'ਚ ਸਾਫ਼ ਜ਼ਾਹਿਰ ਹੈ ਕਿ ਜਿਹੜੀ ਲੇਡੀ ਹੈ ਉਹ ਆਪ ਹੀ ਪਹਿਲੇ
ਸੁਨੀਤਾ ਜਿਹੜੀ ਆਰੋਪੀ ਰੂਪਲਾਲ ਦੀ ਵਾਈਫ ਹੈ ਉਹ ਜ਼ਮੀਨ 'ਤੇ ਪਹਿਲੇ ਲੰਮੇ ਪੈ ਗਈ ਸੀ ਅਤੇ ਡੀ ਐੱਸ ਪੀ ਦਿਹਾਤੀ ਸਾਹਿਬ ਦੀ ਇੱਕ ਟੀਮ ਬਣਾਈ ਗਈ ਹੈ ਜੇ ਪੂਰਾ ਮਸਲਾ ਵੈਰੀਫਾਈ ਕਰ ਰਹੇ ਨੇ। ਜੇਕਰ ਕਿਸੇ ਪੁਲਿਸ ਮੁਲਾਜ਼ਮ ਦਾ ਕੋਈ ਵੀ ਦੋਸ਼ ਆਉਂਦਾ ਹੈ ਤਾਂ ਉਸ 'ਤੇ ਸਖ਼ਤ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਊਗੀ।